ਬਾਜਪਾ ਸਾਹਿਬ ਕਿਸ ਤਰੀਕੇ ਤਰ੍ਹਾਂ ਦੇਖਦੇ ਹੋ ਤੁਸੀਂ ਧੂਰੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਮਾਹੌਲ ਕਿਵੇਂ ਲੱਗਿਆ ਧੂਰੀ ਦਾ ਆੜਤੀਆਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਸੈਲਰ ਐਸੋਸੀਏਸ਼ਨ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਜੀ ਛੋਟੇ ਵੀ ਰੇਸ ਤੋਂ ਵੱਡੀ ਮਜੂਸੀ ਮੈਂ ਕਿਸਾਨ ਦੀ ਅੱਖ ਦੇ ਵਿੱਚ ਉਹਦੇ ਚਿਹਰੇ ਤੇ ਲੇਬਰ ਦੀ ਅੱਖ ਦੇ ਵਿੱਚ ਉਹਦੇ ਚਿਹਰੇ ਤੇ ਆੜਤੀਆਂ ਦੇ ਸੈਲਰ ਵਾਲਿਆਂ ਦੇ ਸਮੁੱਚੇ ਪੰਜਾਬੀਆਂ ਦੀ ਜਿਹੜੀ ਕਿਸਾਨਾਂ ਦੀ ਗੱਲ ਏ ਭਾਵੇਂ ਲੇਬਰ ਦੀ ਗੱਲ ਕਰੀਏ ਭਾਵੇਂ ਆੜਤੀਆਂ ਦੀ ਗੱਲ ਕਰੀਏ ਭਾਵੇਂ ਸ਼ੈਲਰ ਵਾਲਿਆਂ ਦੀ ਕਰੀਏ ਸਮੁੱਚੇ ਲੋਕਾਂ ਦੀ ਅੱਖ ਦੇ ਵਿੱਚ ਬਹੁਤ ਪਾਰੀ ਰੋ ਹੈ ਮਯੂਸੀ ਹੈ ਕਿ ਸਾਰੀ ਉਮਰ ਦੀ ਜਿੰਨੀ ਉਹਨਾਂ ਨੇ ਕਮਾਈ ਕੀਤੀ ਸੀ ਉਹ ਸਾਰੀ ਆਪਣੀ ਅੱਖਾਂ ਸਾਹਮਣੇ ਰੁਲਦੀ ਵੇਖੀ ਅੱਜ ਤੁਸੀਂ ਕਿਸਾਨ ਭਰਾ ਮੈਂ ਵੇਖੇ ਨੇ ਕਈ ਕੇ ਦਿਨਾਂ ਦੇ ਇੱਥੇ ਆ ਕੇ ਸੁੱਕਾ ਝੋਨਾ ਲੈ ਕੇ ਬੈਠੇ ਨੇ ਤੇ ਜਿਹੜੀ ਇੱਕ ਵੈਰਾਈਟੀ PR126 ਦਾ ਬ੍ਰਾਂਡ ਨੈਸਟਰ ਭਗਵੰਤ ਮਾਨ ਬਣਿਆ ਸੀ ਅੱਜ ਜਿਹਦਾ ਵਾਦਾ ਕੀਤਾ ਮੈਂ ਇੱਕ ਇੱਕ ਦਾਣਾ ਚੁਕੂੰਗਾ ਮੈਂ ਪੰਜਾਬ ਦੇ ਲੋਕਾਂ ਨੂੰ ਯਾਦ ਕਰਾਉਣਾ ਚਾਹਨਾ ਇਹ ਐਡਾ ਗੈਰ ਜ਼ਿੰਮੇਵਾਰ ਹਨ ਮੁੱਖ ਮੰਤਰੀ ਇਹਨੇ ਪਹਿਲੇ ਇਹੀ ਗੱਲ ਕਹੀ ਕਿ ਮੂੰਗ ਬੀਜ ਜੋ ਮੈਂ ਖਰੀਦੂੰਗਾ ਇਸ ਤਰ੍ਹਾਂ ਹੀ ਉਦੋਂ ਦਾਣਾਂ ਰੁਲੀਆਂ ਸਾਡੀਆਂ ਇਸ ਤਰ੍ਹਾਂ ਹੀ ਸਾਡਾ ਝੋਨਾ ਰੁਲਦੇ ਐਂਡ ਪੰਜਾਬ ਦੇ ਵਿੱਚ ਇੱਕੋ ਕੈਸ਼ ਕ੍ਰੌਪ ਹੈ ਜੀ 45000 ਕਰੋੜ ਰੁਪਇਆ ਸੈਂਟਰ ਦਾ ਝੋਨੇ ਦੀ ਮਾਰਕੀਟ ਚਾਂਦਾ ਜੀ ਐਂਡ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕੱਲ ਮੈਂ ਆਪਣੇ ਹਲਕੇ ਦੇ ਸਵੇਰੇ 10:30 ਵਜੇ 11:30 ਵਜੇ ਕਾਦੀਆਂ ਦੀ ਮੰਡੀ ਚ ਗਿਆ ਮੈਂ ਉਸੇ ਟਾਈਮ ਮੁੰਡੇ ਨੂੰ ਪੁੱਛਿਆ ਕਿ ਕਾਕਾ ਜਵਾਰ ਕੀ ਹੈ ਉਹਨੇ ਮੈਨੂੰ ਜੋ ਵਾਰ ਦੱਸਿਆ ਮੈਂ ਬੈਂਸ ਨਾ ਆਏ ਤਵਾਰੇ ਤੇ ਸੇ ਮਾਰਕੀਟ ਚ ਬੰਦਾ ਹੀ ਕੋਈ ਨਹੀਂ ਹਾਂ ਤੁਸੀਂ ਇੱਥੇ ਵੇਖਦੇ ਹੋ ਦੀਵਾਲੀ ਦਾ ਟਾਈਮ ਹੈ ਆਲਮੋਸਟ ਸਾਰੇ ਮੰਡੀਆਂ ਜਿਹੜੀਆਂ ਨੇ ਟਰਾਲੀਆਂ ਨਾਲ ਬੰਦਿਆਂ ਨਾਲ ਫੈਸਟੀਵਲ ਮਾਹੌਲ ਹੁੰਦੇ ਨੇ ਦੁਕਾਨਾਂ ਭਰੀਆਂ ਹੁੰਦੀਆਂ ਨੇ ਅੱਜ ਇੱਥੇ ਤੁਹਾਨੂੰ ਅੱਜ ਭਾਵੇਂ ਅੱਜ ਆਤੂਰੀ ਚ ਵੇਖ ਲਓ ਜੀ ਇਹ ਦਿਵਾਲੀ ਨਹੀਂ ਦੁਵਾਲਾ ਪੰਜਾਬ ਦਾ ਕੱਢ ਦੋ ਮੌਿਸਟਰ ਦੀ ਦਿੱਕਤ ਕਹਿ ਰਹੇ ਨੇ ਕਹਿੰਦੇ ਮੌਿਸਟਰ ਮੌਿਸਟਰ ਕੰਟਰੋਲ ਕਿਸਾਣ ਕਿਵੇਂ ਕਰਨ ਮੇਰੀ ਗੱਲ ਇਸੇ ਬਾਰੇ ਮੌਿਸਟਰ ਪਹਿਲੀ ਵਾਰ ਆਣ ਲੱਗਾ ਜੀ ਐਂਡ ਮੇਰਾ ਇਹ ਵੀ ਮੰਨਣਾ ਹੈ ਕਿ ਬਕਾਇਦਾ ਤੌਰ ਜਿਹੜੀਆਂ ਮੌਿਸਟਰ ਦੀਆਂ ਮਸ਼ੀਨਜ਼ ਨੇ ਉਹ ਇਹਨਾਂ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਕੋ ਲੈਣੀ ਚਾਹੀਦੀ ਐ ਸਿ ਕਿਉਂਕਿ ਉਹਨਾਂ ਵਾਸਤੇ ਅਸੀਂ ਖਰੀਦ ਕਰਨੇ ਆ ਉਹਨਾਂ ਦਾ ਇੱਥੇ ਬੰਦਾ ਆਣਾ ਚਾਹੀਦਾ ਸਿ ਜਾਂ ਗਵਰਨਮੈਂਟ ਦੀ ਏਜੰਸੀ ਦਾ ਬੰਦਾ ਜਾਂ ਮਾਰਕੀਟ ਕਮੇਟੀ ਦਾ ਬੰਦਾ ਨਾਲ ਆਂਦਾ ਹਰ ਢੇਰੀ ਤੇ ਆ ਕੇ ਉਹਨਾਂ ਦੀ ਮਸ਼ੀਨ ਮੌਿਸਟਰ ਚੈੱਕ ਕਰਦੀ ਹੁਣ ਹੋ ਕੀ ਰਿਹਾ ਕਿ ਕਿਉਂਕਿ ਆਰਟੀਵੀ ਜਿਹੜੇ ਸ਼ੈਲਰਾਂ ਵਾਲੇ ਨੇ ਉਹ ਮਹਿਸੂਸ ਕਰਦੇ ਨੇ ਕਿ ਇਹ ਜਿਹੜਾ 5 ਕਿਲੋ ਦਾ ਸਾਨੂੰ ਘਾਟਾ ਪੈ ਰਿਹਾ ਕਿਉਂਕਿ ਇਹਦੇ ਚ ਜਿਹੜੀ ਪੀਆਰ 126 ਭਗਵੰਤ ਮਾਨ ਨੇ اگਵਾ ਦਿੱਤੀ ਪੰਜਾਬ 50% ਫਸਲ اگਵਾ ਦਿੱਤੀ ਉਹ ਜਦੋਂ ਅਸੀਂ 100 ਕਿਲੋ ਚਾਵਲ ਦਿੰਨੇ ਆ ਪੈਡੀ ਦਿੰਨੇ ਆ ਸ਼ੈਲਰ ਵਾਲੇ ਨੂੰ ਉਹਦੇ ਤੋਂ 60 ਕਿਲੋ ਵਾਪਸ ਉਹਦੇ ਤੋਂ ਚਾਵਲ ਲੈਂਦੇ ਨੇ ਉਹਨਾਂ ਕੋ ਜਿਹੜਾ ਮਿਲਡ ਰਾਈਸ ਹੁੰਦੀ ਏ 67 ਕਿਲੋ ਹੁੰਦਾ ਇਹਦੀ ਐਵਰੇਜ ਆ ਰਹੀ ਏ 60 ਤੋਂ 65 ਕਿਲੋ ਉਹ ਕਹਿੰਦੇ ਨੇ ਜੀ ਕਿ ਜਿਹੜੀ 5 ਕਿਲੋ ਦਾ ਸਾਡਾ ਘਟਾ ਉਹ ਦੱਸੋ ਪੂਰਾ ਕੌਣ ਕਰੇਗਾ ਅੱਜ ਦੀ ਕੀਮਤ ਮੁਤਾਬਕ 300 ਰੁਪਏ ਦਾ فی ਕਿਲੋ ਘਟਿਆ ਜੀ ਪਰ ਕੁਇੰਟਲ ਪਿੱਛੇ ਐਂ ਜਿੰਨਾ ਪੰਜਾਬ ਦਾ ਮਾਲ ਹੈ 125 ਲੱਖ ਮਿਲੀਅਨ ਟਨਸ ਜਦੋਂ ਮਿਲ ਕਰਦੇ ਨੇ ਤੇ ਘਾਟਾ ਬੰਦਾ 6000 ਕਰੋੜ ਰੁਪਏ ਦਾ ਹੁਣ ਸ਼ੈਲਰ ਵਾਲਿਆਂ ਦਾ ਕਹਿਣਾ ਕਿ ਜਿਸ ਤਾਂ ਯੂਪੀ ਦੇ ਵਿੱਚ 60 ਦੇ ਬਜਾਏ ਯੂਪੀ ਗਵਰਨਮੈਂਟ ਨੇ ਰਾਹਤ ਦਵਾ ਕੇ ਕਹਿੰਦਾ ਤੁਸੀਂ 60 ਕਿਲੋ ਦੇ ਦਿਓ ਜਾਂ ਤੇ ਸੈਂਟਰ ਕੋਲੋਂ ਰਾਹਤ ਦਵਾਏ ਯਾ ਆਪ ਦੇ ਯਾ ਸੈਂਟਰ ਕੋ ਦਵਾਏ ਨਹੀਂ ਤੇ ਫਿਰ ਇਹ ਡਾਇਰੈਕਟਲੀ ਮੈਂ ਅੱਜ ਤੁਹਾਡੇ ਟੈਲੀਵਿਜ਼ਨ ਤੇ ਕਹਿਣਾ ਚਾਹੁੰਦਾ ਇਹ ਸਿੱਧਾ ਰਗੜਾ ਕਿਸਾਨਾਂ ਨੂੰ ਲੱਗਣਾ ਐਂਡ ਗੁਰਦਾਸਪੁਰ ਇਥੇ ਤੇ ਅਜੇ ਕਿਉਂਕਿ ਕੱਲ ਦੀ ਹੀ ਇਥੇ ਇੰਟੈਲੀਜੈਂਸ ਵਾਲੇ ਤੇ ਪੁਲਿਸ ਵਾਲੇ ਫਿਰ ਰਹੇ ਸੀ ਮੰਡੀ 'ਚ ਬਹੁਤ ਸਾਰੇ ਆੜਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਗਿਆ ਸੀ ਕਿ ਪ੍ਰਤਾਪ ਸਿੰਘ ਬਾਜਵੇ ਨੇ ਆਣਾ ਤੇ ਇਹਦਾ ਕੱਠ ਨਾ ਕਰੋ ਤੇ ਇਹਨਾਂ ਦਾ ਮੂੰਹ ਬੰਦ ਕਰਵਾਓ ਕੱਲ ਲਿਫਟਿੰਗ ਪਹਿਲੀ ਵਾਰ ਸ਼ੁਰੂ ਹੋਈ 23 ਦੇ ਵਿੱਚ ਤੇ ਜਦੋਂ ਹੁਣ ਮੈਂ ਜਾਣਾ ਲਿਫਟਿੰਗ ਬੰਦ ਹੋ ਜਾਣੀ ਹੈ ਸਾਡੇ ਸਮੁੱਚੇ ਪੰਜਾਬ ਨੂੰ ਮੈਂ ਟਰੈਵਲ ਕਰ ਰਿਹਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀ ਐਮਐਸਪੀ ਹੈ ਝੋਨੇ ਦੀ ਉਹ ਹੈ 2320 ਰੁਪਏ ਬਟ ਇਹਨਾਂ ਨੇ ਹੁਣ ਇੱਕ ਫਲੈਟ ਰੇਟ ਕੱਢਤਾ 2150 ਰੁਪਏ 170 ਰੁਪਏ ਦਾ ਸਿੱਧਾ ਕੱਟ ਲਾ ਦਿੱਤਾ ਕਿਸਾਨਾਂ ਨੂੰ ਹਜੀ ਮਾਲਵੀ ਬੈਲਟ ਦੀ ਤਾਂ ਜ਼ਿਆਦਾਤਰ ਕਿਸਾਨਾਂ ਦੇ ਇਹਨੇ ਫਸਲਾਂ ਨੇ ਖੇਤਾਂ 'ਚ ਖੜੀਆਂ ਨੇ ਆਉਣ ਵਾਲੇ ਸਮੇਂ ਦੇ ਹਾਲਾਤ ਉੱਥੇ ਵੀ ਸਾਡੇ ਇਹੀ ਹਾਲੇ ਉੱਥੇ ਥੋੜਾ ਜਿਹਾ ਛੇਤੀ ਆ ਜਾਂਦਾ ਜੀ ਇੰਨਾ ਕੁ ਫਰਕ ਹੈ ਮਾਲਵਾ ਥੋੜਾ ਜਿਹਾ ਖੇਤਾਂ ਦੇ ਵਿੱਚ ਅਜੇ ਖੜੇ ਨੇ ਬਟ ਤੁਸੀਂ ਵੇਖੋ ਇੱਕ ਪਾਸੇ 170 ਦਾ ਕਟ ਲਾ ਦਿੱਤਾ ਫਿਰ ਜਿਹੜੀ 17% ਮੋਇਸਚਰ ਹੈ ਮਸ਼ੀਨਾਂ ਇਹਨਾਂ ਨੇ ਆਪਣੀਆਂ ਲਾ ਲਈਆਂ ਮੈਂ ਉਸ ਕਿਸੇ categories ਨੂੰ ਨਹੀਂ ਕਹਿਣਾ ਚਾਹੁੰਦਾ ਕੌਣ ਲਾਂਦੇ ਉਹ ਜਦੋਂ ਮਸ਼ੀਨ ਲਾਂਦੇ ਹੋ ਹਰ ਕਿਸਾਨ ਨੇ ਮੈਨੂੰ ਦੱਸਿਆ ਕਿ ਭਾਈਓ ਸਾਹਿਬ ਜਿਹੜੀ ਅਸੀਂ ਮਾਰਕੀਟ ਕਮੇਟੀ ਦੀ ਮਸ਼ੀਨ ਲਵਾਈ ਹੈ ਜੇ 17% ਮੋਇਸਚਰ ਸੀ ਸਾਡਾ ਜਦੋਂ ਇਹ ਬਾਹਰੋਂ ਆ ਕੇ ਲਾਂਦੇ ਨੇ ਆਪਣੀ ਮਸ਼ੀਨ ਪਰਸਨ ਇਹ ਜਿਹੜੇ ਖਰੀਦਣ ਵਾਲੇ ਨੇ ਉਹਦੇ ਚ 23 ਤੋਂ 24% ਵਾਇਸ ਚ ਰ ਆ ਰਿਹਾ ਵੱਡਾ ਘਟਾ ਕੋ ਵੀ ਹੈ ਉਹ ਨਹੀਂ ਉਹਦੇ ਚ ਇਹ ਹੈ ਕਿ ਜਦੋਂ 17 ਤੋਂ 23 ਆ ਗਿਆ 6% ਵੱਧ ਗਿਆ 6% ਤੇ ਕਟ ਲਾ ਰਹੇ ਨੇ 50 ਰੁਪਇਆ ਪਰ 1 ਪੁਆਇੰਟ ਦਾ 1 ਪੁਆਇੰਟ ਦਾ 50 ਰੁਪਇਆ ਉਹਦਾ ਮਤਲਬ 6 ਦਾ ਹੋਇਆ 300 ਰੁਪਇਆ ਉਹ ਕੱਟ 170 ਦਾ ਪਹਿਲੇ ਹੀ ਐਮ ਐਸ ਪੀ ਤੋਂ 2150 ਰੁਪਏ ਤੇ ਖਰੀਦ ਉਹਦਾ ਮਤਲਬ ਇਹ 470 ਰੁਪਏ ਦਾ ਤਾਂ ਪਹਿਲੇ ਹੀ ਚੂਨਾ ਕਿਸਾਨ ਨੂੰ ਲੱਗ ਰਿਹਾ ਸੋ ਗੱਲ ਇੱਕ ਮੋਟੀ ਇਹਦੇ 'ਚ ਇਹ ਹੈ ਕਿ ਜਾਂ ਤੇ ਸ਼ੈਲਰ ਨੂੰ ਸੈਂਟਰ ਤੇ ਸੂਬਾ ਕੰਪਨਸੇਟ ਕਰੇ ਨਾ ਕੰਪਨਸੇਟ ਕਰੇਗਾ ਇਹਨਾਂ ਡੱਡਾ ਚਾੜੇ ਉਹਨਾਂ ਪਿੱਛੇ ਜੀ ਐਗਰੀਮੈਂਟਾਂ ਕਰੋ ਉਹਦੇ ਵਿੱਚ ਇਹਨਾਂ ਦੀ ਸੀਐਮ ਦੀਆਂ ਸਾਰੀਆਂ ਮੀਟਿੰਗ 'ਚ ਵਿਜੀਲੈਂਸ ਦੇ ਅਫਸਰ ਪੁਲਿਸ ਦੇ ਅਫਸਰ ਭਾਈ ਜਾਂਦੇ ਨੇ ਡਰਾਈ ਜਾਂਦੇ ਨੇ thmਕਾਏ ਜਾਂਦੇ ਨੇ ਉਹ ਕਹਿੰਦੇ ਪਿਛਲੇ ਸਾਲ ਅਸੀਂ ਘਾਟਾ ਲਿਆ ਜੀ ਹੁਣ ਦੱਸੋ ਕਿ ਅਸੀਂ ਆਪਣੇ ਨਿਆਣਿਆਂ ਨੂੰ ਪਾਲ ਲੈ ਅਸੀਂ ਕਿੱਧਰ ਜਾਈਏ ਜੇ ਇਹਨਾਂ ਨੂੰ ਫੋਰਸ ਕਰਦੇ ਨੇ ਓਬਵੀਅਸਲੀ ਮੈਂ ਇਹ ਦੱਸ ਰਿਹਾ ਕਿ ਉਹਦੀ ਫਿਰ ਕੰਪਨਸੇਸ਼ਨ ਉਹ ਕਿਸਾਨ ਕੋ ਕਰਾਂਦੇ ਨੇ ਡਿਸਟ੍ਰੈਸਡ ਪ੍ਰਾਈਸ ਤੇ ਸਸਤੀਆਂ ਕੀਮਤਾਂ ਤੇ ਝੋਨਾ ਖਰੀਦਦੇ ਨਾ ਇਹ ਕੰਮ ਹੋ ਰਿਹਾ ਹੈ तकरीबन 400 ਤੋਂ 500 ਰੁਪਿਆ ਫੀ ਕਿਲੋ ਅੱਛਾ ਇੱਕ ਹੋਰ ਹੈ ਕਿਸਾਨ ਚ ਉਹ ਕਹਿੰਦੇ ਜੀ 5 5 6 6 7 7 ਦਿਨਾਂ ਦਾ ਸਾਡਾ ਝੋਨਾ ਬਾਹਰ ਪਿਆ ਜਿਹੜੀ ਅਸੀਂ ਬਾਹਰ ਤੋਂ ਲਾਈ ਕਰਾ ਕੇ ਲਿਆਏ ਆ ਉਸ ਝੋਨੇ ਦੇ ਵਿੱਚ ਹੀ 3 3 4 4 ਕੁਇੰਟਲ ਸਾਡਾ ਝੋਨਾ ਘਟ ਰਿਹਾ ਜਿਉਂ-ਜਿਉਂ ਸੁਕੇਗਾ ਝੋਨਾ ਜੀ ਉਸ ਨਾਲ ਉਹਦੀ ਕਵਾਂਟਿਟੀ ਘਟੀ ਜਾਏਗੀ ਸੋ ਇਹ ਦੋਰੀ ਮਾਰ तकरीबन 15000 ਤੋਂ 20000 ਰੁਪਇਆ ਫੀ ਕਿਲੇ ਪਿਛ 15000 ਤੋਂ 20000 ਕਿਲੇ ਪਿਛੇ ਮਾਰ ਖਜ਼ਾਨਾ ਨੂੰ ਪੈ ਰਹੀ ਹੈ ਸੋ ਦੇ ਆਰ ਬੀਂਗ ਲੂਟਡ ਫਰਮ ਬੋਥ ਦੀ ਸਾਈਡਸ ਠੀਕ ਹੈ ਹਾਂਜੀ ਆਏ ਸਰ ਸਰ ਦਲਵੀਰ ਸਿੰਘ ਗੋਲੀ ਕਹਿੰਦੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਫਿਲਹਾਲ ਨਹੀਂ ਹੈਗਾ ਮੈਂ ਕਿਸੇ ਪਾਰਟੀ ਤੇ ਨਹੀਂ ਠਰਤੀ ਮੈਂ ਪਾਰਟੀ ਉਹ ਕੀ ਕਹਿਣਾ ਚਾਹੁੰਦੇ ਕੋ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਜੀ ਹਾਂਜੀ ਮੈਂ ਵੈਸੀ ਉਹਨੂੰ ਰਾਏ ਦਵਾਂਗਾ ਕਿ ਕਾਕਾ ਇੰਨੀਆਂ ਜਮਾਤਾਂ ਈ ਦੀ ਛੇਤੀ ਨਹੀਂ ਬਦਲੀ ਦੀਆਂ ਹੁਣ ਜਿਹੜੀ ਪਾਰਟੀ ਚ ਤੁਸੀਂ ਗਏ ਹੋ ਥੋੜਾ ਜਾ ਉਹਦਾ ਆਨੰਦ ਥੋੜਾ ਚਿਰ ਹੋਰ ਲਓ ਹਾਂ ਉਹ ਕਹਿੰਦੇ 2027 ਚ ਜੇ ਕਾਂਗਰਸ ਮੈਨੂੰ ਟਿਕਟ ਦਿੰਦੇ ਫਿਰ ਮੈਂ ਲੜਾਂਗਾ ਕਾਂਗਰਸ ਕੋ ਬਹੁਤ سارے ਕੈਂਡੀਡੇਟ ਐ ਨੇ ਤੁਹਾਨੂੰ ਟਿਕਟ ਦੇਣ ਵਿੱਚ ਹਾਂ